ਤੇ ਬ੍ਰੇਕ ਤੋਂ ਬਾਅਦ ਜੀ ਸਵਾਗਤ ਹੈ ਵਿਚਾਰ ਵਟਾਂਦਰਾ ਅਸੀਂ ਜਾਰੀ ਰੱਖਿਆ ਹੋਇਆ ਅੱਜ ਐਨਆਰਆਈਆਂ ਦੇ ਜਿਹੜੇ ਮੁੱਦੇ ਨੇ ਕਿਉਂ ਨਹੀਂ ਅੱਜ ਐਨਆਰਆਈ ਜਿਹੜੇ ਭਰਾ ਨੇ ਸਾਡੇ ਜਿਹੜੇ ਤੁਸੀਂ ਯੂਕੇ ਦੇ ਵਿੱਚ ਰਹਿੰਦੇ ਹੋ ਯੂਰੋਪ ਦੇ ਵਿੱਚ ਵੱਸਦੇ ਹੋ ਕਿਉਂ ਨਹੀਂ ਤੁਸੀਂ ਅੱਜ ਇੰਡੀਆ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਜਾਂ ਫਿਰ ਕਰਨਾ ਚਾਹੁੰਦੇ ਹਨ ਤਾਂ ਕਿਹੜੇ ਕਿਹੜੇ ਸਵਾਲ ਤੁਹਾਡੇ ਜ਼ਿਹਨ ਦੇ ਵਿੱਚ ਆਉਂਦੇ ਹਨ ਅਗਰ ਉੱਥੇ ਇੱਕ ਕਨਵੈਨਸ਼ਨ ਰੱਖੀ ਜਾਂਦੀ ਹੈ ਐਨਆਰਆਈ ਭਰਾਵਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਕਿ ਆਓ ਇਨਵੈਸਟ ਕਰੋ ਲੇਕਿਨ ਪਹਿਲਾਂ ਹੀ ਤੁਹਾਡੇ ਨਾਲ ਕੁਝ ਅਜਿਹੀਆਂ ਗੱਲਾਂ ਹੋ ਚੁੱਕੀਆਂ ਹਨ ਜਿਸ ਕਰਕੇ ਤੁਸੀਂ ਥੋੜ੍ਹਾ ਹੁਣ ਸੋਚਣ ਦੇ ਵਿੱਚ ਮਜਬੂਰ ਹੋ ਗਏ ਔਰ ਜਿਸ ਕਰਕੇ ਤੁਸੀਂ ਇਨਵੈਸਟ ਨਹੀਂ ਕਰਨਾ ਚਾਹੁੰਦੇ ਹੋ ਕਾਫੀ ਸਾਰੇ ਕਾਲਰ ਸਿਸਟਮ ਸਾਡੇ ਨਾਲ ਫੋਨ ਲਾਈਨ ਤੋਂ ਜੁੜੇ ਹੋਏ ਨੇ ਉਹਨਾਂ ਦੇ ਵਿਚਾਰ ਅਸੀਂ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਜਿਹੜੇ ਕਾਲਰ ਇਸ ਟਾਈਮ ਮੇਰੇ ਨਾਲ ਕਿਊ ਦੇ ਉੱਤੇ ਨੇ ਤੁਸੀਂ ਫੋਨ ਕਾਲ ਨੂੰ ਨਾ ਕੱਟਿਓ ਮੈਂ ਲਵਾਂਗਾ ਤੁਹਾਡੇ ਕਾਲਸ ਵੀ ਲੇਕਿਨ ਇੱਕ ਇੱਕ ਕਰਕੇ ਅਸੀਂ ਸਾਰਿਆਂ ਦੇ ਪ੍ਰਤੀਕਰਮ ਲੈ ਰਹੇ ਹਾਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਵੀਰ ਜੀ ਮੈਂ ਯੂਕੇ ਤੋਂ ਬੋਲ ਰਹੀ ਹਾਂ ਲੈਸਟਰ ਸ਼ਾਇਦ ਤੋਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੇਰਾ ਸਵਾਲ ਇਹ ਹੈਗਾ ਕਿ ਜਿਹੜਾ ਤੁਸੀਂ ਕਹਿੰਦੇ ਆ ਮੁੱਦਾ ਜਿਹੜਾ ਤੁਸੀਂ ਚੰਡੀਗੜ੍ਹ ਵਿੱਚ ਕਨਵੈਨਸ਼ਨ ਕਰੋਗੇ ਜੀ 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 ਤੇ ਮੇਰੇ ਇਹਦੇ ਵਿੱਚ ਇਹ ਹੈ ਕਿ ਜਦੋਂ ਸਾਡੇ ਕੋਈ ਐਨਆਰਆਈ ਫੈਮਿਲੀ ਤੇ ਕੋਈ ਕੇਸ ਕਰ ਦਿੰਦਾ ਆਪਣਾ ਪਰਿਵਾਰਕ ਬੰਦਾ ਹੀ ਮੈਂ ਤੁਹਾਨੂੰ ਐਗਜ਼ਾਮਪਲ ਦਿੰਨੀ ਆ ਮੇਰੇ ਬ੍ਰਦਰਸ ਰਹਿੰਦੇ ਹੈਗੇ ਟੋਰਾਂਟੋ ਉਹਨਾਂ ਨੇ ਮੇਰੇ ਤੇ ਕੇਸ ਕੀਤਾ ਮੈਂ ਅਸੀਂ ਭੈਣ ਭਰਾ ਆਪਸ ਦੇ ਵਿੱਚ ਜ਼ਮੀਨ ਜਿੱਦਾਂ ਹੁੰਦੀ ਹੈ ਮਾਂ ਬਾਪ ਦੀ ਉਹਦੇ ਵਿੱਚ ਸਾਡਾ ਡਿਸਪਿਊਟ ਆ ਤੇ ਮੇਰੇ ਭਰਾਵਾਂ ਦਾ ਕੇਸ ਕੋਰਟ ਦੇ ਵਿੱਚ ਅਪਰ ਹੈਂਡ ਸਮਝਿਆ ਜਾਂਦਾ ਉਹਨਾਂ ਨੂੰ ਪ੍ਰਾਇਓਰਟੀ ਦਿੱਤੀ ਜਾਂਦੀ ਹੈ ਜਿਹੜਾ ਉਹਨਾਂ ਦਾ ਵਕੀਲ ਹੈ ਨਾ ਉਹ 4 ਸਾਲ ਹੋ ਗਏ ਆ ਮੈਂ ਇੱਕ ਲੇਡੀ ਦੇ ਤੌਰ ਤੇ ਇਕੱਲੀ ਜਾਂਦੀ ਹਾਂ ਕਦੇ ਹੋਟਲ ਦੇ ਵਿੱਚ ਕਦੇ ਜਿੱਦਾਂ ਗੈਸਟ ਹਾਊਸ ਦੇ ਵਿੱਚ ਮੇਰਾ ਕਾਫੀ ਖਰਚ ਵੀ ਹੋ ਜਾਂਦਾ ਉਹ ਮੇਰੇ ਭਰਾਵਾਂ ਦਾ ਜਿਹੜਾ ਵਕੀਲ ਹੈ ਨਾ ਉਹ ਤੇ ਜੱਜ ਸਾਹਿਬ ਆ ਉਹ ਬਾਰ ਬਾਰ ਉਹੀ ਕੁਐਸਚਨ ਦੁਆਰਾ ਪੁੱਛੀ ਜਾਂਦੇ ਆ ਬਾਰ ਬਾਰ ਤਰੀਕਾ ਪਾਈ ਜਾਂਦੇ ਆ ਤੇ ਜੇ ਮੈਂ ਨਹੀਂ ਜਾ ਸਕਦੀ ਤਾਂ ਮੈਨੂੰ ਐਕਸਪਾਰਟੀ ਕਰ ਦਿੰਦੇ ਆ ਤੇ ਉਹ ਮੈਨੂੰ ਸਮਝ ਨਹੀਂ ਆਉਂਦੀ ਵੀ ਮੈਂ ਕਿਹੜੇ ਪਾਸੇ ਜਾਵਾਂ ਕਿੰਨੇ ਕੁ ਸਾਲ ਮੈਂ 70 ਸਾਲ ਦੇ ਨੇੜੇ ਹੋਣ ਲੱਗੀ ਆ ਕਿੰਨੇ ਕੁ ਸਾਲ ਇਹ ਮੈਨੂੰ ਗੇੜੇ ਕਢਾਈ ਜਾਣਗੇ ਮੇਰਾ ਖਰਚ ਬਹੁਤ ਹੁੰਦਾ ਆ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੀ ਗੱਲ ਸਾਡੇ ਨਾਲ ਰੱਖੀ ਅਸੀਂ ਕੋਸ਼ਿਸ਼ ਕਰਨ ਦੀ ਇਹੀ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਮੈਨੂੰ ਮੇਲ ਕਰ ਸਕਦੇ ਹੋ info@justbroadcasting.com harkiri@justbroadcasting.com ਦੇ ਉੱਤੇ ਜੋ ਵੀ ਲੀਗਲ ਐਡਵਾਈਸ ਬਣਦੀ ਹੋਏਗੀ ਇਸ ਦੇ ਉੱਤੇ ਅਸੀਂ ਤੁਹਾਨੂੰ ਜ਼ਰੂਰ ਰਿਵਰਟ ਬੈਕ ਕਰਾਂਗੇ ਔਰ ਕੀ ਤੁਸੀਂ ਸਟੈਪਸ ਕਰ ਸਕਦੇ ਹੋ ਉਹ ਵੀ ਅਸੀਂ ਲਿਖ ਕੇ ਜ਼ਰੂਰ ਭੇਜਾਂਗੇ ਲੇਕਿਨ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਮੇਲ ਸਾਨੂੰ ਕਰਨੀ ਹੋਏਗੀ ਔਰ ਜਿੱਥੇ ਤੁਹਾਡਾ ਕੇਸ ਚੱਲ ਰਿਹਾ ਉਹ ਵੀ ਤੁਸੀਂ ਲਿਖ ਕੇ ਜ਼ਰੂਰ ਭੇਜਿਓ ਤਾਂ ਕੋਸ਼ਿਸ਼ ਹੋਏਗੀ ਕਿ ਸਾਡੀ ਟੀਮ ਜਿਹੜੀ ਚੰਡੀਗੜ੍ਹ ਦੇ ਵਿੱਚ ਮੌਜੂਦ ਹੈ ਉਹ ਜਾ ਕੇ ਇਸ ਦੇ ਉੱਤੇ ਰਿਸਰਚ ਕਰ ਸਕੇ ਔਥੈਂਟੀਕੇਟ ਕਰ ਸਕੇ ਬਜ਼ੁਰਗ ਸੀਗੇ ਨੀਅਰਲੀ 80 ਸਾਲ ਦੇ ਸੀਗੇ ਉਹ ਪਿੰਡ ਪਾਸਲਾ ਸੀਗਾ ਉੱਥੇ ਉਹਨਾਂ ਦੀ ਜ਼ਮੀਨ ਕੋਈ ਦੱਬ ਕੇ ਬੈਠਾ ਸੀਗਾ ਤੇ ਉਹ ਮੈਨੂੰ ਨਾ ਪੁਲਿਸ ਲੈ ਕੇ ਆਈ ਉਹਨਾਂ ਨੂੰ ਪਾਸਪੋਰਟ ਜ਼ਬਤ ਕਰ ਲਿਆ ਉਹਨਾਂ ਦਾ ਤੇ ਕਰਕੇ ਉਹਨਾਂ ਨੂੰ ਲੱਗਾ ਕਿ ਮੇਰੇ ਕੋਲ ਥੋੜਾ ਜਿਹਾ ਮੇਰੇ ਪੈਰ ਮੈਂ ਚੁੱਪ ਚਾਪ ਆਪਣੇ ਕੌਨਫੀਡੈਂਸ ਨਾਲ ਖੜੀ ਸੀ ਉਹ ਕਹਿੰਦੇ ਬੀਬਾ ਤੂੰ ਬਾਹਰੋਂ ਆਈ ਲੱਗਦੀ ਹੈ ਮੇਰੀ ਹੈਲਪ ਕਰ ਦੇ ਮੈਂ ਕਿਹਾ ਬਜ਼ੁਰਗੋ ਵੀ ਮੈਂ ਤਾਂ ਆਪ ਫਸੀ ਹੋਈ ਹਾਂ ਤੇ ਚਲੋ ਫਿਰ ਵੀ ਮੈਂ ਨਾ ਉਹਨਾਂ ਦੀ ਥੋੜੀ ਉਹਨਾਂ ਦੀ ਆਰਗੂਮੈਂਟ ਕਰਕੇ ਉਹਨਾਂ ਦਾ ਪਾਸਪੋਰਟ ਉਹਨਾਂ ਨੂੰ ਦਵਾ ਦਿੱਤਾ ਪੁਲਿਸ ਕੋਲੋਂ ਵੀ ਇਹ ਇੰਨੇ ਸਾਲਾਂ ਦੇ ਉੱਥੇ ਗਏ ਹੋਏ ਵੀ ਇਹਨਾਂ ਦੀ ਕੋਈ ਤੁਸੀਂ ਥੋੜੀ ਜਿਹੀ ਸੁਣਵਾਈ ਕਰੋ ਉਹਨਾਂ ਨੇ ਪਤਾ ਨੀ ਰੱਬ ਦੇ ਰਹਿਮ ਦੇ ਨਾਲ ਉਹਨਾਂ ਦਾ ਪਾਸਪੋਰਟ ਤਾਂ ਉਹ ਲੈ ਕੇ ਇੱਥੇ ਇੰਗਲੈਂਡ 'ਚ ਆ ਗਏ ਉਹਨਾਂ ਨੇ ਐਤਵਾਰ ਨੂੰ ਆਉਣਾ ਸੀ ਐਤਵਾਰ ਨੂੰ ਸਵੇਰ ਦੇ ਫਲੋਰ ਉੱਥੇ ਪੁਲਿਸ ਵਾਲੇ ਦੇ ਕੋਰਟ ਦੇ ਵਿੱਚ ਬੈਠੇ ਸੀਗੇ ਜਦੋਂ ਇੱਥੇ ਆਏ ਨਾ ਤਾਂ ਉਹਨਾਂ ਨੇ ਮੈਨੂੰ ਦੱਸਿਆ ਉਹਨਾਂ ਦੇ ਪਰਿਵਾਰ ਨੇ ਉਹਨਾਂ ਨੂੰ ਥੋੜੀ ਦੇਰ ਬਾਅਦ ਹੀ ਹਾਰਟ ਅਟੈਕ ਹੋ ਗਿਆ ਦੇਖੋ ਵੀਰ ਜੀ ਇੱਦਾਂ ਦੇ ਜਿਹੜੇ ਝਟਕੇ ਦਿੰਦੀਆਂ ਕੋਰਟ ਉੱਥੇ ਵੀ ਜ਼ਮੀਨ ਤੁਹਾਡੀ ਨਹੀਂ ਹੋ ਤੁਹਾਡੀ ਫੋਟੋ ਗਲਤ ਆ ਉਹ ਸਾਰੀ ਉਮਰ ਤਾਂ ਉਹਨਾਂ ਨੇ ਕਮਾ ਕਮਾ ਕੇ ਆਪਣੇ ਭਰਾਵਾਂ ਦੇ ਤਾਇਆ ਚਾਚਿਆਂ ਨੂੰ ਸੰਭਾਲੀ ਹੋਈ ਆ ਤੁਸੀਂ ਇਹਨਾਂ ਦੇ ਬਾਰੇ ਵੀ ਹਾਈਲਾਈਟ ਪਲੀਜ਼ ਕਰਵਾਇਓ ਠੀਕ ਹੈ ਜੀ ਠੀਕ ਹੈ ਭੈਣ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਵਿਚਾਰ ਰੱਖੇ ਥੈਂਕ ਯੂ ਤੁਹਾਡਾ ਵੀ ਵੀਰ ਜੀ ਮੇਰੀ ਗੱਲ ਬੜੀ ਧਿਆਨ ਨਾਲ ਸੁਣੀ ਥੈਂਕ ਯੂ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਰ ਵਟ ਯੂ ਥਿੰਕ ਲਾਈਕ ਵਟ ਕਾਇੰਡ ਆਫ ਅਮੈਂਡਮੈਂਟਸ ਯੂ ਨੀਡ ਬਿਕੋਜ਼ ਦੇਖੋ ਹੁਣ ਐਨ ਆਰ ਆਈ ਸਭਾਵਾਂ 'ਤੇ ਬਣੀਆਂ ਹੋਈਆਂ ਪੰਜਾਬ ਦੇ ਅੰਦਰ ਹੈ ਨਾ ਜਿਹੜੇ ਸਾਡੇ ਐਨ ਆਰ ਆਈ ਭਰਾ ਨੇ ਉਹ ਆਪਣੀ ਕੰਪਲੇਂਟ ਤਾਂ ਲਿਖਵਾਉਂਦੇ ਹਨ ਅੱਛਾ ਕੰਪਲੇਂਟ ਲਿਖਵਾਉਣ ਤੋਂ ਬਾਅਦ ਕਿਤੇ ਨਾ ਕਿਤੇ ਕਈ ਸਾਨੂੰ ਇਹ ਵੀ ਸੁਣਨ ਦੇ ਵਿੱਚ ਮਿਲਿਆ ਮੀਡੀਆ ਰਿਪੋਰਟਸ ਵਿੱਚ ਕਿ ਜਿਹੜੇ ਮਸਲਿਆਂ ਦੇ ਬਾਰੇ ਪਹਿਲੇ ਐਨ ਆਰ ਆਈ ਸਭਾ ਨੂੰ ਨਹੀਂ ਪਤਾ ਸੀਗਾ ਉਹਨਾਂ ਨੂੰ ਪਤਾ ਚੱਲ ਜਾਂਦਾ ਔਰ ਉਸਦਾ ਉਹ ਫਾਇਦਾ ਵੀ ਚੁੱਕਦੇ ਹਨ ਦੇਖੋ ਇਹਦੇ ਵਾਸਤੇ ਇੱਕ ਚੀਜ਼ ਹੈਗੀ ਹੈ ਮੈਂ ਮੰਨਦਾ ਪੰਜਾਬ ਪੁਲਿਸ ਦਾ ਇੱਕ ਐਨ ਆਰ ਆਈ ਸੈੱਲ ਹੈ ਇਹਨਾਂ ਦੇ ਇੱਕ ਆਈ ਜੀ ਲੈਵਲ ਦੇ ਅਫਸਰ ਹੈ ਜਿਹੜਾ ਓਵਰਆਲ ਮੋਨੀਟਰ ਕਰਦੇ ਨੇ ਇਹਨਾਂ ਦਾ ਮੋਹਾਲੀ ਦੇ ਵਿੱਚ ਆਫਿਸ ਹੈ ਆਈ ਥਿੰਕ ਦੇ ਸ਼ੁੱਡ ਗੋ ਫੋਰ ਐਨ ਆਰ ਆਈ ਸੈੱਲ ਦਾ ਜਿਹੜਾ ਹੈਗਾ ਐਟਲੀਸਟ ਉੱਥੇ ਪੁਲਿਸ ਦੀ ਕਾਰਵਾਈ ਕਰਨ ਜੋ ਅਸੀਂ ਇੱਕ ਚੀਜ਼ ਇਹ ਕਰ ਸਕਦੇ ਹਾਂ ਕਿ ਪੁਲਿਸ ਨੂੰ ਵੀ ਇਹਨਾਂ ਚੀਜ਼ਾਂ ਨੂੰ ਬੜੀ ਸੰਜੀਦਗੀ ਬੜੀ ਸੈਂਸਿਟੀਵਿਟੀ ਨਾਲ ਹੈਂਡਲ ਕਰਨਾ ਚਾਹੀਦਾ ਜਿਹੜੇ ਸਾਡੇ ਪੰਜਾਬ ਦੇ ਬਜ਼ੁਰਗ ਨੇ ਜਿਹੜੇ ਲੋਕ ਐਨ ਆਰ ਆਈ ਨੇ ਉਹਨਾਂ ਨੂੰ ਵੱਲ ਥੋੜ੍ਹਾ ਜਿਹਾ ਇਮੋਸ਼ਨਲ ਐਂਗਲ ਹੋਣਾ ਚਾਹੀਦਾ ਜਿਹੜੇ ਪ੍ਰੋਪਰਟੀ ਡੀਲਰ ਜਿਹੜੇ ਵਿੱਚ ਪਟਵਾਰੀ ਜਾਂ ਜਿਹੜੇ ਵੀ ਰਿਸ਼ਤੇਦਾਰ ਉਹਨਾਂ ਨੂੰ ਲੁੱਟਣ 'ਚ ਲੱਗੇ ਹੋਏ ਨੇ ਘੱਟ ਤੋਂ ਘੱਟ ਪੁਲਿਸ ਨੂੰ ਉਹਨਾਂ ਤੋਂ ਬਚਾਉਣਾ ਚਾਹੀਦਾ ਔਰ ਉਹਨਾਂ ਨਾਲ ਇਨਸਾਫ ਕਰਨਾ ਚਾਹੀਦਾ ਵੈਸੇ ਜ਼ਿਆਦਾਤਰ ਕੇਸਿਸ ਮੈਂ ਵੀ ਦੇਖੇ ਨੇ ਕਿ ਪੁਲਿਸ ਵਾਲੇ ਹੈਂਡਲ ਕਰਦੇ ਨੇ ਲੇਕਿਨ ਕਈ ਕੇਸਿਸ ਦੇ ਵਿੱਚ ਬਹੁਤ ਖੱਜਲ ਖੁਆਰ ਹੁੰਦੇ ਨੇ ਸਭ ਜਾ ਕੇ ਉੱਥੇ ਹੋਰ ਵੀ ਕਾਲਰ ਸਾਡੇ ਨਾਲ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ
ਮੱਖਣ ਸਿੰਘ ਜੀ, ਮੱਖਣ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਹਾਂਜੀ, ਤੁਸੀਂ ਕਈ ਵਾਰੀ ਭੁਲੇਖੇ ਖਾ ਜਾਂਦੇ ਆ? ਮੈਂ ਖਾ ਜਾਂਦਾ ਜੀ, ਮੇਰੇ ਜਿਹੜੇ ਰੋਜ਼ਾਨਾ ਦੇ ਕਾਲਰ ਨੇ ਕਦੀ ਕਵਾਰ ਭੁਲੇਖਾ ਖਾ ਜਾਂਦੇ ਆ। ਘਰ ਦੇ ਵਿੱਚ ਖਾ ਜਾਂਦੇ ਆ, ਫਿਰ ਤਾਂ ਐ ਵੀ ਘਰ ਵਾਲੀ ਗੱਲ ਹੈ, ਘਰ ਵਾਲੀ ਗੱਲ ਹੈ। ਹਾਂਜੀ, ਕੋਈ ਗੱਲ ਨਹੀਂ, ਕੋਈ ਨਹੀਂ। ਇੱਥੇ ਵੀ, ਇੱਥੇ ਵੀ 3 ਤੋਂ 5 ਜਿਹੜਾ ਘਰ ਹੀ ਲੱਗਦਾ। ਹਾਂਜੀ ਬਿਲਕੁਲ ਜੀ, ਬਿਲਕੁਲ ਜੀ। ਜਦ ਸਾਡੇ ਨਾਲ ਸਾਰੇ ਆਪਣੇ ਕਾਲਰ ਹੋ ਗਏ ਜੀ। ਮੈਂ ਇੱਕ ਆਪਣੇ ਪੰਜਾਬ ਬਾਰੇ ਗੱਲ ਕਰਦਾ ਕਿ ਜਿਹੜੇ ਸਾਡੇ ਪੰਜਾਬ ਦੇ ਖੂਨ ਜਿੱਦਾਂ ਹੈ ਨਾ, ਖੂਨ ਚੂਸੂ ਸੀ ਜੀ ਜੀ, ਉਹ ਕਹਿੰਦੇ ਸੀ ਵੀ ਅਸੀਂ ਕੈਲੀਫੋਰਨੀਆ ਬਣਾ ਦਾਂਗੇ ਜੀ। ਕੈਲੀਫੋਰਨੀਆ ਬਣ ਸਕਦਾ ਸੀ, ਪਰ ਉਹਨਾਂ ਨੇ ਬਣੀ, ਜੇ ਸੱਪ ਨੂੰ ਹਨਾ ਡੰਗ ਮਾਰ ਕੇ ਖੂਨ ਪੀਣ ਦੀ ਆਦਤ ਪੈ ਜਾਵੇ, ਉਹ ਕਿੱਦਾਂ ਕੈਲੀਫੋਰਨੀਆ ਬਣਾ ਸਕਦਾ? ਉਹ ਉਹਨੂੰ ਫਿਰ ਖੂਨ ਨਹੀਂ ਲੱਭਣਾ ਪੀਣ ਨੂੰ ਜੀ ਜੀ। ਐਨ ਆਰ ਆਈ ਭਰਾਵਾਂ ਦੇ ਉਹ ਜਿੱਦਾਂ ਕਹਿੰਦੇ ਹੁੰਦੇ ਵੀ ਦਿੰਦ ਕੇ ਅਰਮਾਨ ਆ। ਹੈਲੋ, ਹਾਂਜੀ 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 ਹਾਂਜੀ, ਹੈਲੋ ਹਾਂਜੀ ਜੀ ਜੀ। ਦੇਖੋ ਇਹ ਜਿਹੜੇ ਪੰਜਾਬ ਨੂੰ ਹਰੇਕ ਦੇ ਅਰਮਾਨ ਪੰਜਾਬ ਵਾਧਿਆ, ਪਰ ਤੁਹਾਡੇ ਕੋਲ ਟਾਈਮ ਨਹੀਂ ਹੋਣਾ, ਸਿਰਫ ਇੱਕ ਮਿੰਟ ਸੀ, ਪਰ ਮੈਂ ਇੱਕ ਮਿੰਟ ਤੋਂ ਸੈਕਿੰਡ ਲਾਸਟ ਤੁਹਾਨੂੰ ਲੈਣਾ, ਉਹ ਥੋੜੀਆਂ ਜਿਹੀਆਂ ਸੁਣਾਉਣੀਆਂ ਕਿ ਬਾਹਰ ਰਹਿਣ ਵਾਲੇ ਭਰਾਵਾਂ ਦੀਆਂ। ਜਲਦੀ ਕੰਪਲੀਟ ਕਰਿਓ ਮੱਖਣ ਸਿੰਘ ਜੀ। ਹਾਂਜੀ, ਉਹ ਕਹਿੰਦੇ ਵੀ ਡਿੱਗੇ ਹੰਝੂ ਵਾਂਗ ਅੱਜ ਹੋ ਗਿਆ ਇਹ ਹਾਲ ਤੇਰਾ, ਪੰਜਾਬ ਨੂੰ ਕਹਿ ਰਹੇ ਆ ਜੀ, ਸਾਡਾ ਵਸ ਲੱਗਾ ਤੈਨੂੰ ਅੱਖ ਚ ਵਸਾਵਾਂਗੇ, ਤੀਲਾ ਤੀਲਾ ਕਰਕੇ ਪਿੰਜਰਾ ਗੁਲਾਮੀਆਂ ਦਾ, ਪੰਛੀਆਂ ਦੇ ਵਾਂਗੂ ਖੁੱਲੀ ਹਵਾ ਸਦਾ ਖਾਵਾਂਗੇ ਜੀ, ਟੁੱਟ ਜਾਣ ਉਂਗਲਾਂ ਨਾ ਖੁੱਲਣ ਕਿਸੇ ਦੇ ਕੋਲੋਂ, ਐਸੀਆਂ ਪਿਆਰ ਦੀਆਂ ਗੰਢਾਂ ਅਸੀਂ ਪਾਵਾਂਗੇ, ਲੋੜ ਪਿਆ ਹਸ ਖੂਨ ਵਿੱਚ ਰੰਗ ਕੇ ਵੀ ਤੇਰੇ ਨਾਂ ਦਾ ਝੰਡਾ ਸਾਰੇ ਜੱਗ ਤੇ ਚਲਾਵਾਂਗੇ। ਕੀ ਬਾਤ ਹੈ, ਕੀ ਬਾਤ ਹੈ, ਕੀ ਬਾਤ ਹੈ। ਇਹ ਐਨਆਰਆਈ ਭਰਾ ਕਹਿ ਰਹੇ ਉਹਨਾਂ ਦੇ ਰਮਾਨ ਜਿਹੜੇ ਆ। ਲਾਸਟ 2 ਲਾਈਨਾਂ ਕਿ ਪਿੱਛੋਂ ਗੂੜੀ ਛਾਂ ਪੈਣੀ ਇਹ ਸਾਡੀ ਜ਼ਿੰਦਗੀ ਦੀ, ਉਹ ਅਰਸ਼ਾਂ ਤੇ ਪਹਿਲਾਂ ਤੇਰਾ ਚਮਕਣਾ ਸਤਾਰਾ ਏ, ਉਹ ਰੂਹ ਸਾਡੀ ਕੋਲ ਬਣ ਜਾਵੇਗੀ ਬਗੀਚਿਆਂ ਚ, ਮੇਰਾ ਇਹ ਪੰਜਾਬ ਕਿੰਨਾ ਭੋਲਾ ਤੇ ਪਿਆਰਾ ਏ, ਮੇਰਾ ਇਹ ਪੰਜਾਬ ਕਿੰਨਾ ਭੋਲਾ ਤੇ ਪਿਆਰਾ ਏ। ਦੇਖੋ ਹਾਂਜੀ, ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਮੱਖਣ ਸਿੰਘ ਜੀ, ਸਤਿ ਸ੍ਰੀ ਅਕਾਲ, ਥੈਂਕ ਯੂ ਵੈਰੀ ਮੱਚ, ਬਹੁਤ ਸੋਹਣਾ ਲਿਖਿਆ ਤੁਸੀਂ, ਹੋਰ ਵੀ ਸਾਡੇ ਕਾਲਰਸ ਨੇ। ਸਤਿ ਸ੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ ਹਰਕੀਰਤ ਸਿੰਘ ਜੀ, ਤੁਹਾਨੂੰ ਤੇ ਨਵੀਨ ਸ਼ਰਮਾ ਜੀ ਨੂੰ, ਗੁਰਦੇਵ ਸਿੰਘ ਭੋਗਲ ਵੱਲ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ ਜੀ, ਠੀਕ ਹੋ ਜੀ? ਚੜ੍ਹਦੀ ਕਲਾ ਦੁਆਵਾਂ ਨੇ ਤੁਹਾਡੀਆਂ। ਮੈਂ ਤੇ ਆਪਣੇ ਹਰਕੀਰਤ ਸਿੰਘ, ਪਹਿਲਾਂ ਤਾਂ ਮੈਂ ਕਿਤੇ ਭੁੱਲ ਨਾ ਜਾਵਾਂ, ਨਵੀਨ ਸ਼ਰਮਾ ਜੀ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ, ਜਦੋਂ ਦਾ ਮੈਂ ਇਹਨਾਂ ਨੂੰ ਸੁਣਨ ਲੱਗਾ ਨਾ, ਤੇ ਮੈਨੂੰ ਇਹ ਹੈ ਤੇ ਪੱਤਰਕਾਰ ਨੇ ਮੈਨੂੰ ਪਤਾ, ਆਹੇ ਤੇ ਖੂਬੀ ਹੁੰਦੀ ਪੱਤਰਕਾਰ ਦੀ, ਇਹਨਾਂ ਨੇ ਜਿੰਨੀਆਂ ਬਾਅਦ ਵਿੱਚ ਜਿੰਨੀਆਂ ਗੱਲਾਂ ਕਾਲਰਾਂ ਨੇ ਕੀਤੀਆਂ, ਇਹਨਾਂ ਨੇ ਪਹਿਲੇ ਇੱਕ ਤੇ ਇੱਕ ਸਵਾ ਮਿੰਟ ਮੈਂ ਘੜੀ ਦੇਖਦਾ ਸੀ, ਇੱਕ ਤੇ ਸਵਾ ਦੇ ਸਵਾ ਸਵਾ ਕੁ ਮਿੰਟ ਦੇ ਵਿੱਚ ਸਾਰੀਆਂ ਗੱਲਾਂ ਕਹਿ ਦਿੱਤੀਆਂ। ਜੀ 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 ਬਿਲਕੁਲ, ਇਹ ਖੂਬੀ, ਇਹ ਪੱਤਰਕਾਰ ਦੀ ਖੂਬੀ ਹੁੰਦੀ ਜਾਂ ਪੜ੍ਹਿਆ ਲਿਖਿਆ ਦੀ ਖੂਬੀ ਹੁੰਦੀ ਆ ਜੀ, ਇਹ ਨਫਸ ਇਹਨਾਂ ਦੇ ਕੋਲ ਹੈਗੀ ਹੈ, ਤਾਂ ਹੀ ਇਹਨਾਂ ਨੂੰ ਮੁੱਦੇ ਦੇ ਵਿੱਚ ਅਸੀਂ ਲੈ ਕੇ ਵੀ ਆਉਂਦੇ ਹਾਂ। ਬਿਲਕੁਲ, ਮੈਂ ਸ਼ਾਬਾਸ਼ ਦੇਣਾ, ਮੈਂ ਖੁਸ਼ ਹੋ ਗਿਆ ਕਿ ਕੋਈ ਜਿਹੜੇ ਦਸਾ ਜਿਹੜਾ ਇੱਕ ਪੂਰੇ ਸਫੇ ਨੂੰ ਇੱਕ ਲਾਈਨ ਚ ਦੱਸਦਾ, ਉਹ ਤੇ ਉਹ ਤੇ ਉਹ ਪੜ੍ਹਿਆ ਲਿਖਿਆ ਹੁੰਦਾ ਤੇ ਉਹ ਪੱਤਰਕਾਰ ਕਾਮਯਾਬ ਹੁੰਦਾ, ਬਹੁਤ ਵਧੀਆ ਹੁੰਦਾ। ਚਲੋ ਆਪਾਂ ਮੁੱਦੇ ਵੱਲ ਆਈਏ, ਮੈਂ ਇਹਨਾਂ ਦਾ ਧੰਨਵਾਦ ਕਰਦਾ। ਆਪਣਾ ਜਿਹੜਾ ਉੱਥੇ ਦਾ ਸਿਸਟਮ ਹੋਆ ਨਾ ਆਪਣੇ ਹਰਕੀਰਤ ਸਿੰਘ, ਇਹ ਅਸੂਲਨ ਤੇ ਠੀਕ ਵਾ ਪਰ ਅਮਲੀ ਤੌਰ ਤੇ ਬਹੁਤ ਗਲਤ ਵਾ। ਇਸ ਕਰਕੇ ਗਲਤ ਵਾ ਕਿਉਂਕਿ ਪਹਿਲਾਂ ਵਾਅਦੇ ਬੜੇ ਹੁੰਦੇ ਨੇ, ਫਿਰ ਦਾਅਵੇ ਬੜੇ ਹੁੰਦੇ ਨੇ, ਉਹ ਤੋਂ ਬਾਅਦ ਫਿਰ ਬੇਈਮਾਨੀ ਤੇ ਬਦਮਾਸ਼ੀ ਦਾ ਅੰਤ ਨਹੀਂ ਰਹਿੰਦਾ ਕੋਈ। ਮੈਂ 2 ਐਗਜ਼ਾਮਪਲ ਦੇਣ ਲੱਗਾ, ਤੁਹਾਡਾ ਬਹੁਤਾ ਸਮਾਂ ਨਹੀਂ ਮੈਂ ਲੈਣਾ, ਕਿ ਸਮੇਂ ਦਾ ਅਨੁਕੂਲ ਚੱਲੀਏ ਤਾਂ ਠੀਕ ਰਹਿੰਦਾ ਕੰਮ। ਇੱਕ ਮੇਰੇ ਮਿੱਤਰ ਨੇ, ਬਹੁਤ ਸਾਲਾਂ ਦੀ ਗੱਲ ਆ, ਮੇਰੇ ਮਿੱਤਰ ਨੇ ਦੱਸਿਆ ਕਿ ਉਹਦੇ ਮੈਨੂੰ ਮੇਰੇ ਮਿੱਤਰ ਨੇ ਦੱਸਿਆ ਗਾਹਾਂ ਉਹਨੂੰ ਉਹਦੇ ਮਿੱਤਰ ਨੇ ਦੱਸਿਆ ਵੀ 2 ਭਰਾ ਸੀਗੇ, ਇੱਕ ਇੱਥੇ ਰਹਿੰਦਾ ਸੀ, ਇੱਕ ਇੰਡੀਆ ਸੀ, ਇੱਥੇ ਵਾਲੇ ਨੇ ਜਾ ਕੇ ਉੱਥੇ ਪਲੋਟ ਲੈ ਲਿਆ ਤੇ ਪਲੋਟ ਲੈ ਕੇ ਵਾਪਸ ਆ ਗਿਆ ਜੀ, ਤੇ ਜਿਹੜਾ ਉੱਥੇ ਭਰਾ ਸੀਗਾ ਤੇ ਉਹਨੇ ਉਸ ਪਲੋਟ ਦੇ ਉੱਪਰ ਕੋਠੀ ਪਾ ਲਈ ਜੀ, ਜਾਂ ਕੋਠੀ ਪਾ ਲਈ ਤਾਂ ਉਹ ਬਿਲਕੁਲ ਦੱਸਿਆ ਨੀ ਭਰਾ ਨੂੰ ਜਿਹੜਾ ਪਲੋਟ ਆ ਵੀ ਕੋਠੀ ਪਾ ਲਈ ਜੀ, ਤੇ ਇਹ ਜਦੋਂ 2-3 ਸਾਲ ਬਾਅਦ ਭਰਾ ਗਿਆ ਤਾਂ ਉੱਥੇ ਦੇਖੇ ਤਾਂ ਉਹ ਪਲੋਟ ਦੇ ਉੱਪਰ ਕੋਠੀ ਪਈ, ਕਹਿੰਦਾ ਯਾਰ ਮੈਂ ਤਾਂ ਪਲੋਟ ਛੱਡ ਕੇ ਗਏ, ਕੋਠੀ ਕਿੱਦਾਂ ਪੈ ਗਈ? ਜਦੋਂ ਉਹਨੇ ਦਰਵਾਜ਼ਾ ਖੜਾਇਆ ਤੇ ਦਰਵਾਜ਼ਾ ਖੜਕਾਇਆ ਤੇ ਉਹਦੇ ਭਰਾ ਦਾ ਮੁੰਡਾ ਨਿਕਲਿਆ, ਭਤੀਜਾ ਨਿਕਲਿਆ ਤੇ ਨਿਕਲਿਆ ਤੇ ਕਹਿੰਦਾ ਚਲੋ ਸਤਿ ਸ੍ਰੀ ਅਕਾਲ ਹੋਈ, ਤੇ ਇੱਦਾਂ ਵੀ ਬਹੁਤਾ ਨਹੀਂ ਕਿਹਾ ਵੀ ਚਾਚਾ ਜੀ ਅੰਦਰ ਆ ਜਾਓ, ਤੇ ਚਲੇ ਗਏ ਅੰਦਰ। ਉਹ ਕਹਿੰਦਾ
ਜਾਂ ਅੰਦਰ ਗਿਆ ਤਾਂ ਗੱਲਬਾਤ ਹੋਈ ਤਾਂ ਕਹਿੰਦਾ ਭਰਾ ਇਹ ਇੱਥੇ ਵਾਲਾ ਭਰਾ ਕਹਿੰਦਾ ਭਰਾ ਨੂੰ ਕਹਿੰਦਾ ਯਾਰ ਇਹ ਤਾਂ ਮੈਂ ਜੇ ਪਲੋਟ ਸੀ ਤੇ ਕੋਠੀ ਇਹ ਕੋਠੀ ਪਾ ਲੈ ਤੂੰ ਕਹਿੰਦਾ ਹੁਣ ਤੇ ਕਹਿੰਦਾ ਵੀਰੇ ਹੁਣ ਤਾਂ ਕਹਿੰਦਾ ਵੀਰੇ ਇਹ ਪਲੋਟ ਕੋਠੀ ਦੇ ਥੱਲੇ ਆ ਗਿਆ ਹੁਣ ਜੇ ਤੇ ਤੂੰ ਕੋਠੀ ਦੇ ਥੱਲੋਂ ਕੱਢਣਾ ਤਾਂ ਕੱਢ ਲਾ ਇਹਦਾ ਮਤਲਬ ਚੈਲੰਜ ਚੈਲੰਜ ਕਰ ਰਿਹਾ ਸੀ ਤੇ ਹੁਣ ਤੇ ਕਹਿੰਦਾ ਤੇਰਾ ਪਲੋਟ ਮੇਰੀ ਕੋਠੀ ਦੇ ਥੱਲੇ ਆ ਗਿਆ ਤੇ ਜੇ ਕੱਢਣਾ ਤੇ ਤੂੰ ਕੱਢ ਲਾ ਜੀ ਜੀ ਪੂਰੀ ਤਰ੍ਹਾਂ ਚੈਲੰਜ ਉਹਨੂੰ ਸਮਝ ਆ ਗਿਆ ਜੀ ਜੀ ਬੱਬੋਗਲ ਜੀ ਆਪਾਂ ਬਿਲਕੁਲ ਤੇ ਦੂਸਰੀ ਹਰਕੀਰੀ ਜੀ ਦੂਸਰੀ ਗੱਲ ਇਹ ਮੈਂ ਆਪਣੀ ਦੱਸਣ ਲੱਗਾ ਜੀ ਇੱਕ ਵਾਰੀ ਮੈਂ ਇੰਡੀਆ ਗਿਆ ਤੇ ਜੇ ਸਰ ਆਉਣ ਲੱਗਾ ਤਾਂ ਮੈਨੂੰ ਮੈਂ ਹਾਲਾਂਕਿ ਬੁਕਿੰਗ ਮੇਰੀ ਟਿਕਟ ਇੱਥੇ ਸੀ ਮੈਂ ਬ੍ਰਿਟਿਸ਼ ਸਬਜੈਕਟ ਮੈਂ ਸਭ ਕੁਛ ਹਾਂ ਤੇ ਕੁਛ ਨਹੀਂ ਸੀ ਕਰਨਾ ਮੈਂ ਤੇ ਦਿੱਲੀ ਮੈਂ ਕਿਹਾ ਮੈਂ ਜਾਵਾਂ ਤੇ ਉਹਨੂੰ ਕਹਿੰਦੇ ਨੇ ਕਨਫਰਮ ਕਰਾ ਦੇ ਵੀ ਮੈਂ ਜਾਣਾ ਆ ਤੇ ਮੈਂ ਕਿਹਾ ਚਲੋ ਮੈਂ ਕਨਫਰਮ ਕਰਾ ਦੇਣਾ ਕਨਾਟ ਪਲੇਸ ਦੀ ਗੱਲ ਵਾ ਸਾਡੇ ਫੁੱਫੜ ਜੀ ਨਾਲ ਸੀ ਸਾਡੇ ਉਹ ਜਿਉਂਦੇ ਸੀ ਦਿੱਲੀ ਦੇ ਵਿੱਚ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਜੀ ਮੈਂ ਵਾਪਸ ਜਾ ਰਿਹਾ ਯਾਰ ਮੈਂ ਤੁਹਾਨੂੰ ਇਨਫੋਰਮ ਕਰਨ ਲੱਗਾ ਮੈਂ ਫਲਾਨੀ ਤਰੀਕ ਨੂੰ ਵਾਪਸ ਜਾ ਰਿਹਾ ਰਿਟਰਨ ਟਿਕਟ ਮੇਰੇ ਕੋਲ ਯੂ ਹੈਵ ਨਥਿੰਗ ਟੂ ਡੂ ਉਹ ਮੈਨੂੰ ਪਾਸਪੋਰਟ ਦੇ ਕੇ ਕਈ ਵਾਰੀ ਮੇਰੇ ਉਹਦੇ ਪੇਜਸ ਕਈ ਵਾਰੀ ਕਦੇ ਇੱਧਰ ਨੂੰ ਫੋਲੇ ਕਦੇ ਇੱਧਰ ਨੂੰ ਫੋਲੇ ਬਾਅਦ 'ਚ ਕਹਿੰਦਾ ਗੁਰਦੇਵ ਸਿੰਘ ਤੁਹਾਡੀ ਫੋਟੋ ਨਹੀਂ ਲੱਗਦੀ ਉਹ ਮੈਂ ਕਿਹਾ ਤੇਰਾ ਦਿਮਾਗ ਖਰਾਬ ਹੋਇਆ ਸਾਰੀ ਦੁਨੀਆ ਘੁੰਮ ਲਈ ਮੈਂ ਇਸ ਪਾਸਪੋਰਟ ਤੇ ਤੂੰ ਕਹਿੰਦਾ ਮੇਰੀ ਫੋਟੋ ਨਹੀਂ ਹੈ ਪੈਸੇ ਚਾਹੁੰਦਾ ਸੀ ਨਾ ਤੇ ਮੈਂ ਫਿਰ ਉਹਨੂੰ ਬੜੇ ਪਿਆਰ ਨਾਲ ਉਹਨੂੰ ਕਿਹਾ ਆਪਣੇ ਹਰਕੀਰ ਸਿੰਘ ਯਕੀਨ ਕਰਿਓ ਮੈਂ ਉਹਨੂੰ ਬੜੇ ਪਿਆਰ ਨਾਲ ਕਿਹਾ ਮੈਂ ਕਿਹਾ ਫਿਰ ਏਦਾਂ ਕਰੋ ਤੁਸੀਂ ਮੈਨੂੰ ਟੈਲੀਫੋਨ ਥੋੜਾ ਜਿਹਾ ਦਿਓ ਕਿ ਅੱਜ ਵਾਂਗੂ ਮੋਬਾਈਲ ਤਾਂ ਹੈ ਨਹੀਂ ਸੀ 25-30 ਸਾਲ ਦੀ ਗੱਲ ਵਾ ਤੇ ਮੈਂ ਕਿਹਾ ਦਿਓ ਤੇ ਮੈਂ ਟੈਲੀਫੋਨ ਕਰਾਂ ਕਿਸੇ ਨੂੰ ਮੈਂ ਕਰਨਾ ਕਹਿੰਦਾ ਕਿਹਨੂੰ ਕਰਨਾ ਗੁਰਦੇਵ ਸਿੰਘ ਕਿਹਨੂੰ ਕਰਨਾ ਟੈਲੀਫੋਨ ਤੁਸੀਂ ਮੈਂ ਕਿਹਾ ਮੈਂ ਇਹ ਟੈਲੀਫੋਨ ਕਰਨ ਲੱਗਾ ਬ੍ਰਿਟਿਸ਼ ਐਮਬੈਸੀ ਵਾਲਿਆਂ ਨੂੰ ਕਹਿੰਦਾ ਕਾਹਦੇ ਵਾਸਤੇ ਫਿਰ ਉਹਨੂੰ ਸਮਝ ਆ ਗਈ ਇਕਦਮ ਜਾਣੀ ਕਲਿੱਕ ਕਰ ਗਈ ਕਿਉਂਕਿ ਉਹਦਾ ਰੋਜ਼ ਦਾ ਤਜਰਬਾ ਨਾ ਤੇ ਮੈਂ ਕਿਹਾ ਮੈਂ ਬ੍ਰਿਟਿਸ਼ ਐਮਬੈਸੀ ਨੂੰ ਟੈਲੀਫੋਨ ਕਰਨਾ ਕਹਿੰਦਾ ਕਾਹਦੇ ਵਾਸਤੇ ਮੈਂ ਕਿਹਾ ਹੁਣ ਪਿਛਲਾ ਪੇਜ ਜਿਹੜਾ ਲਿਖਿਆ ਪਿਛਲਾ ਪੇਜ ਹੋਇਆ ਨਾ ਪਾਸਪੋਰਟ ਦਾ ਉਹ ਮੈਂ ਕਿਹਾ ਪੜ੍ਹ ਕੇ ਦੇਖ ਲਾ ਉਹ ਤੇ ਲਿਖਿਆ ਵੀ ਇਫ ਯੂਅਰ ਪਾਸਪੋਰਟ ਇਜ਼ ਮਿਸਪਲੇਸਡ ਔਰ ਹੈਜ਼ ਬੀਨ ਸਟੋਲਨ ਔਰ ਲੋਸਟ ਲੈਟ ਅਸ ਨੋ ਐਜ਼ ਸੂਨ ਐਜ਼ ਪੋਸੀਬਲ ਜੀ ਮੈਂ ਕਿਹਾ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਵੀ ਮੇਰਾ ਪਾਸਪੋਰਟ ਇਸ ਜਗ੍ਹਾ ਪਿਆ ਹੁਣ ਤੇ ਮੈਂ ਕਿਹਾ ਤੇਰੀ ਤੇ ਮੇਰੀ ਲੜਾਈ ਹੈ ਫਿਰ ਤੇਰੀ ਤੇ ਉਹਨਾਂ ਨਾਲ ਲੜਾਈ ਹੋਏਗੀ ਉਹ ਕਹਿੰਦਾ ਯਾਰ ਗੁਰਦੇਵ ਸਿੰਘ ਬਹਿ ਜਾ ਮੈਂ ਉੱਠ ਕੇ ਮੈਨੂੰ ਜੱਫੀ ਪਾ ਲੇ ਹੁਣ ਦੱਸੋ ਕੀ ਕਰੋਗੇ ਉੱਥੇ ਪੂਰੀ ਬਦਮਾਸ਼ੀ ਤੇ ਬੇਈਮਾਨੀ ਹੁਣ ਜਾਣ ਹੁਣ ਤੁਸੀਂ ਦੱਸੋ ਜਾਣ ਬੁੱਝ ਕੇ ਮੁਸੀਬਤ ਨੂੰ ਕਿਹੜਾ ਵਿਹੜੇ ਵਾੜੇਗਾ ਸਹੀ ਗੱਲ ਹੈ ਜੀ ਸਹੀ ਗੱਲ ਹੈ ਸਹੀ ਗੱਲ ਇੱਥੋਂ ਕੌਣ ਇਨਵੈਸਟਮੈਂਟ ਕਰੇਗਾ ਜਾ ਕੇ ਕੋਈ ਜੀ ਇਹ ਇੰਨੀ ਬੇਈਮਾਨੀ ਹੈ ਇੰਨੀ ਬਦਮਾਸ਼ੀ ਆ ਰੱਜ ਕੇ ਉਹ ਵੀ ਥੋੜੀ ਜਿਹੀ ਨਹੀਂ ਰੱਜ ਕੇ ਜੀ ਸਵਾਲ ਤੁਹਾਡਾ ਸਵਾਲ ਮਤਲਬ ਇਹ ਹੈ ਕਿ ਜਿਹੜੇ ਆਪਾਂ ਇੰਡੀਆ ਦੇ ਵਿੱਚ ਜਾ ਕੇ ਐਨਆਰਆਈ ਬੈਠੇ ਨੇ ਮਤਲਬ ਇੱਥੋਂ ਬਾਹਰ ਜਾਂਦੇ ਨੇ ਕਿ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਉੱਥੇ ਤੁਸੀਂ ਕਹਿੰਦਾ ਵੀ 9% ਜਾਂ 11% ਉੱਥੇ ਵਿਆਜ ਮਿਲਦਾ ਵੀ ਜੀ ਉਹ ਬਿਲਕੁਲ ਨੀ ਵਿਆਜ ਮਿਲਦਾ ਕੋਈ ਤੁਹਾਨੂੰ ਵਿਆਜ ਨੀ ਹੁੰਦਾ ਜਦੋਂ ਤੁਹਾਡਾ ਐਨਆਰਆਈ ਪਾਸਪੋਰਟ ਆ ਤੁਸੀਂ ਭੁੱਲ ਜਾਓ ਤੁਹਾਨੂੰ 9% ਵਿਆਜ ਦੇਣਗੇ ਅੱਛਾ ਜੀ ਜੀ ਕਿ ਜਿਹੜੇ ਅੱਜ ਤੋਂ ਪਹਿਲਾਂ ਸੀ 15 ਸਾਲ ਜਾਂ 10 ਸਾਲ ਪਹਿਲਾਂ ਉਹ ਸਭ ਕੁਛ ਬਿਲਕੁਲ ਸਹੀ ਸੀਗਾ ਪਰ ਅੱਜ ਦੇ ਸਮੇਂ ਜਦੋਂ ਵੀ ਆਹ ਨੋਟਬੰਦੀ ਹੋਈ ਹੈ ਤੁਹਾਨੂੰ ਉਹ ਵਾਰਨਿੰਗ ਦਿੰਦੇ ਨੇ ਪੈਸਾ ਤੁਸੀਂ ਜਿੰਨਾ ਮਰਜ਼ੀ ਜਮਾ ਕਰਾ ਦਿਓ ਪਰ ਵਿਆਜ ਨੀ ਤੁਹਾਨੂੰ ਮਿਲੂਗਾ 9% ਜਾ ਕੇ ਤੇ ਬਾਕੀ ਜਿਹੜਾ ਉੱਥੇ ਤੁਸੀਂ ਜਾਂਦੇ ਹੋ ਮੈਂ ਵੀ ਜਾਂਦਾ ਦੂਸਰੇ ਵੀ ਭਰਾ ਜਾਂਦੇ ਨੇ ਪਰ ਸਾਰੇ ਇੱਥੋਂ ਹਮਦਰਦੀ ਲੈ ਕੇ ਜਾਂਦੇ ਨੇ ਪਰ ਉੱਥੇ ਜਾ ਕੇ ਤੁਹਾਡਾ ਕੋਈ ਕਿਸੇ ਦਾ ਹੋਊਗਾ ਮੈਂ ਕਹਿੰਦਾ 100% 10% ਲੋਕੀ ਸਹੀ ਨੇ ਬਾਕੀ ਤੁਹਾਨੂੰ ਕੋਈ ਹਮਦਰਦੀ ਕਰਨ ਵਾਲਾ ਨਹੀਂ ਹੈਗਾ ਤੁਸੀਂ ਕੋਈ ਵੀ ਕੇਸ ਲਾ ਲਓ ਤੁਹਾਡੇ 5 ਸਾਲ ਲਵਾ ਦੇਣ ਤੁਹਾਡੇ 2 ਸਾਲ ਲਵਾ ਦੇਣ ਤੁਹਾਡੇ 15 ਸਾਲ ਲਵਾ ਦੇਣ ਜਾਂ ਤੁਹਾਡਾ ਟਾਈਮ ਖਰਾਬ ਅੱਛਾ ਬਹੁਤ ਵਧੀਆ ਕੁਐਸਚਨ ਤੁਸੀਂ ਰੇਜ਼ ਕੀਤਾ ਥੈਂਕ ਯੂ ਵੈਰੀ ਮੱਚ ਜੀ ਮੈਂ ਇਸ ਕੁਐਸਚਨ ਦਾ ਜਿਹੜਾ ਜਵਾਬ ਹੈ ਉਹ ਜ਼ਰੂਰ ਲਵਾਂਗਾ ਕਿ ਅੱਜ ਐਨਆਰਆਈ ਜਿਹੜੇ ਨੇ ਉਹ ਕੇਸ ਵੀ ਨਹੀਂ ਕਰਨਾ ਚਾਹੁੰਦੇ ਉਹ ਚਾਹੁੰਦੇ ਨੇ ਕਿ ਅਸੀਂ ਨਹੀਂ ਪੜ੍ਹਨਾ ਚਾਹੁੰਦੇ ਇਸ ਚੱਕਰ ਦੇ ਵਿੱਚ ਕਿਉਂਕਿ ਜਿਹੜੇ ਕੇਸ ਨੇ ਉਹ ਵੀ 10-10, 15-15 ਸਾਲ ਜਾ ਕੇ ਲਮਕਦੇ ਨੇ ਔਰ ਬਾਰ ਬਾਰ ਉਹਨਾਂ ਨੂੰ ਵੀ ਚੱਕਰ ਗੇੜਾ ਜਿਹੜਾ ਮਾਰਨਾ ਪੈਂਦਾ UK ਤੋਂ ਜਾਣਾ ਪੈਂਦਾ ਲੰਡਨ ਤੋਂ ਆਪਣੀ ਸਪੈਸ਼ਲੀ ਫਲਾਈਟ ਲੈਣੀ ਪੈਂਦੀ ਹੈ ਪੰਜਾਬ ਦੀ ਚੰਡੀਗੜ੍ਹ ਦੀ ਦਿੱਲੀ ਦੀ ਔਰ ਸਿਰਫ ਉਹ ਜਾਂਦੇ ਨੇ ਆਪਣੀ ਕੋਰਟ ਦੀ ਡੇਟ ਨੂੰ ਭੁਗਤਾਉਣ ਦੇ ਲਈ ਜਾਣਨ ਦੀ ਕੋਸ਼ਿਸ਼ ਕਰਾਂਗੇ ਇਸ ਸਵਾਲ ਦਾ ਜਵਾਬ ਵੀ ਕਿਸ ਤਰੀਕੇ ਨਾਲ ਇਹਦੇ ਉੱਤੇ ਅਸੀਂ ਕਨਕਲੂਜਨ ਕੱਢ ਸਕਦੇ ਹਾਂ ਇਸ ਬ੍ਰੇਕ ਤੋਂ ਉਸ ਬਾਅਦ